दोस्तों पंजाब दे विच जो एक विवाद चल रहा है प्रवासी मजदूरां दा अते पंजाबियां दी नाल कीती जा रही उन्हां दी लड़ाई दा, उस मामले दे विच एक वड्डा मोड़ आया है जदों एक नौजवान जिन्हां ने एक दिन पहला ही कुछ प्रवासी मजदूरां नूं उन्हां दी रेहड़ियां ते जा के चेतावनी दित्ती सी, इन्हां वल्लों एक होर सख्त चेतावनी दित्ती गई है। की है पूरा मामला, आओ देखो इस वीडियो दे विच। होर ताजा खबरां दे लई बने रहना अनलिमिटेड ज्ञान दे नाल। गल्लबात करनी है प्रवासी भाइयों ते, जो परसों वीडियो पाई सी प्रवासी भाइयों दे, उन्होंने चेतावनी दित्ती सी असी भी आपदा संभल जो, आपदा बाज आ जाओ, नहीं फिर असी सुधारन जानते हाँ भी किवें सुधारी दा। साडियां सिखां दियां पग्गां लाईयां जांदियां, पैरां च रोलियां जांदियां, साडी जिहड़ी पहचान आ पग दी गुरु महाराज ने बख्शी आ, साडी इक हिसाब की बेअदबी कर रहे पग दी, इह गल्लां नहीं गईयां। इन्हां दा भाईचारे आ, उन्हां नूं इक मैसेज दित्ता सी असीं वी आपदे भाईचारे नूं दसो, सुनेहा भेजो वी इह कम ना करो, नहीं सानूं कोई कदम चुकना पैणा, नहीं असीं फिर भैड़ी करांगे। इक गल होर कहना चाहुंदा मैं, कोई पिंडों बाहरों आउंदा समाध पिंड दे विच कोई रेहड़ी लाउंदा, उन्हां नूं कोई भईया रेहड़ी नहीं लाउण दिंदा, जिवें उन्हां दे प्यो दा थां हुंदा। कोई पिंडों साडे समाधों कोई रेहड़ी लाउंदा, कोई कुलचां दी लाउंदा, कोई बर्गरां दी लाउंदा, उह वी नहीं लाउण दिंदे। इह कहिंदे असीं नहीं लाउण देणी गी, ਘੱਟੋ ਘੱਟ 10 ਰੇਹੜੀਆਂ ਲੱਗੀਆਂ ਹੋਈਆਂ ਇਹਨਾਂ ਦੀਆਂ, ਦੇਖ ਲਓ ਯਾਰ ਕਿੰਨੀ ਗੁੰਡਾ ਕਰਦੀ ਆ ਯਾਰ, ਕਿੰਨਾ ਤਾਨਾਸ਼ਾਹੀ ਆ ਯਾਰ, ਆਹ ਦੇਖ ਲਓ ਆਹ ਗੁੰਡਾ ਕਰਦੀ ਕਰਦੇ ਆ। ਵਿੱਚ ਭਰਾ ਕਮੈਂਟ ਕਰਦੇ ਹੁੰਦੇ ਆ, ਤੁਸੀਂ ਧੱਕਾ ਕਰਦੇ ਆ, ਗਰੀਬ ਆ ਯਾਰ, ਕੀ ਧੱਕਾ ਕਰਦੇ ਆ। ਮੈਂ ਉਹ ਵੱਡੇ ਵਿਦਵਾਨਾਂ ਨੂੰ ਕਹਿਣਾ ਚਾਹੁੰਦਾ, ਇਹ ਗੱਲ ਕੰਨ ਖੋਲ ਕੇ ਸੁਣ ਲਓ, ਆ ਵਿੱਚ ਗਾਲਾਂ ਕੱਢਦੇ ਹੁੰਦੇ ਆ, ਆਏ ਆ ਭੱਜਾਂ ਨੂੰ ਰਾਹ ਨਹੀਂ ਥਿਉਣਾ ਗਾ, ਭੁਲੇਖੇ ਚ ਫਿਰਦੇ ਹੋ ਕਿਤੇ, ਕਹਿੰਦਾ ਟਿੱਪਣੀਆਂ ਕਰਨ ਜਾਣਦੇ, ਤੁਸੀਂ ਸਿੱਧਾ ਮੱਥੇ ਟੱਕਰ ਲਓ ਜਿੱਥੋਂ ਮਰਜ਼ੀ, ਭਾਈ ਤੈਨੂੰ ਆਣ ਇੱਕੋ ਜਿਹਾ ਹੁੰਦਾ ਗਾ। ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਬਈ ਇੱਕ ਗੱਲ ਹੋਰ ਰਹਿ ਗਈ ਸੀਗੀ, ਇਹ ਗੋਲ ਗੱਪੇ ਬਣਾਉਂਦੇ ਆ, ਗੋਲ ਗੱਪੇ ਬਣਾਉਂਦੇ, ਪਤਾ ਨੀ ਕਿਹੜਾ ਕੈਮੀਕਲ ਪਾਉਂਦੇ ਗੋਲ ਗੱਪੇ ਦੇ ਵਿੱਚ, ਸਾਡੇ ਨਾਲ ਸਾਨੂੰ ਜ਼ਹਿਰਾ ਖਵਾ ਰਹੇ ਆ ਯਾਰ ਇਹ। ਤੁਸੀਂ ਇਹਨਾਂ ਨੂੰ ਐਂ ਕਹਿ ਦਿਓ ਯਾਰ, ਤੁਸੀਂ ਆਪਦਾ ਪਾਣੀ ਪੀ ਕੇ ਵਿਖਾ ਦਿਓ ਗੋਲ ਗੱਪਿਆਂ ਦਾ ਯਾਰ, ਆਪਦਾ ਪਾਣੀ ਨੀ ਪੀਂਦੇ ਇਹ, ਅਸੀਂ ਜ਼ਹਿਰਾ ਖਾਈ ਜਾਂਦੇ ਆ, ਸਾਨੂੰ ਜ਼ਹਿਰਾ ਖਵਾਈ ਜਾਂਦੇ ਆ, ਕਹਿੰਦੇ ਨੇ ਸਵਾਦ ਆ ਗੋਲ ਗੱਪੇ। ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮੈਂ, ਇੱਕ ਗੱਲ ਯਾਦ ਰੱਖ ਲਿਓ, ਜੇ ਅੱਜ ਨਾ ਭਈਏ ਪਿੰਡਾਂ ਚੋਂ ਕੱਢੇ ਨਾ, ਅਸੀਂ ਪੰਜਾਬ ਚੋਂ ਨਾ ਕੱਢੇ, ਇਹ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਣਗੇ, ਲੁੱਟੀ ਵੀ ਜਾ ਰਹੇ ਆ, ਬਲਾਤਕਾਰ ਵੀ ਹੋ ਰਹੇ ਆ, ਸਾਡੇ ਟਰੈਕਟਰ ਇੱਕ ਜ਼ਿਮੀਦਾਰ ਭਰਾ ਟਰੈਕਟਰ ਲਈ ਜਾਂਦਾ ਭੱਠੇ ਤੋਂ, ਉਹ ਟਰੈਕਟਰ ਤੇ ਵੀ ਕਿੰਨੇ ਡਲੇ ਵੱਜ ਰਹੇ ਆ, ਘੜੀਸਿਆ ਜਾਂਦਾ ਉਹਨੂੰ, ਇੱਕ ਨੂੰ ਘੜੀਸਿਆਂ ਦਾ ਲੱਤੋਂ ਫੜ ਕੇ ਘੜੀਸਿਆ ਜਾਂਦਾ ਯਾਰ, ਕਿੱਥੇ ਕਿੱਥੇ ਲੜਾਂਗੇ ਅਸੀਂ ਯਾਰ। ਸਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਭਰਾਵੋ, ਇੱਕ ਮੁਹਿੰਮ ਚਲਾਓ, ਇਹਨਾਂ ਨੇ ਛਿੱਤਰ ਫੇਰੋ, ਡਾਂਗਾ ਚੱਕੋ, ਜੇ ਨਹੀਂ ਭੱਜ ਦੇ ਦਿੱਤਾ ਯਾਰ, ਮਤੇ ਪਾਓ ਪੰਚਾਇਤਾਂ ਦੇ, ਮਤੇ ਪਾ ਕੇ ਪੰਚਾਇਤਾਂ ਨੂੰ ਮਤੇ ਦਿਓ, ਡੀਸੀ ਨੂੰ ਦਿਓ ਮੰਗ ਪੱਤਰ, ਜੇ ਡੀਸੀ ਆਖੇ ਲੱਗਦਾ ਠੀਕ ਆ, ਨਹੀਂ ਫਿਰ ਆਪਦੀ ਕਾਰਵਾਈ ਆਪ ਕਰਾਂਗੇ, ਬਈ ਨਾ ਅੱਜ ਪਿੱਛੇ ਹਟੇ ਨਾ ਕੱਲ੍ਹ ਹਟਾਂਗੇ, ਇਹ ਡਾਂਗ ਦੇ ਜ਼ੋਰ ਤੇ ਭਜਾਉਣੇ ਆ।